ਅਸਲਾਮੁਅਲੈਕੁਮ, ਕਿੱਦਾਂ ਵੀਰੋ, ਸਾਰੇ ਠੀਕ ਠਾਕ ਹੋ? ਉਮੀਦ ਹੈ ਕਿ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਯਾਰ, ਅੱਜ ਦਾ ਵਲੌਗ ਸਾਡੇ ਵਾਸਤੇ ਤਾਂ ਬਹੁਤ ਹੀ ਪਰੇਸ਼ਾਨੀ ਵਾਲਾ ਵਾ, ਸ਼ਾਇਦ ਤੁਹਾਡੇ ਵਾਸਤੇ ਖੁਸ਼ੀ ਵਾਲਾ ਹੋਵੇ, ਕਿਉਂਕਿ ਅੱਜ ਅਸੀਂ ਵੀਡੀਓ ਬਣਾਉਣ ਵਾਸਤੇ ਚੱਲੇ ਸੀ। ਹੈਵੀ ਬੈਗ ਅਸੀਂ ਅਜੇ ਬਾਹਰ ਹੀ ਕੱਢਿਆ ਅਤੇ ਸਾਡਾ ਹੈਵੀ ਬੈਗ ਹੋ ਗਿਆ ਪੰਚਰ। ਆਹ ਦੇਖੋ, ਤੁਸੀਂ ਦੇਖ ਰਹੇ ਹੋਵੋਗੇ ਇਹ ਵਾਲਾ ਵਾ, ਉਹ ਨਹੀਂ, ਇਹ ਜੀ ਹੈਵੀ ਬੈਗ ਹੁੰਦਾ ਸੀ ਵਿੱਚ, ਇਹ ਜੀ ਪੰਚਰ ਹੋ ਗਿਆ। ਅਤੇ ਹੁਣ ਅਸੀਂ ਚੱਲੇ ਹਾਂ ਪੰਚਰ ਲਵਾਉਣ ਵਾਸਤੇ। ਸਭ ਤੋਂ ਪਹਿਲੇ ਦੋਸਤੋ, ਤੁਸੀਂ ਇਹਨੂੰ ਨਾ ਡਬਲ ਸਟੈਂਡ 'ਤੇ ਕਰ ਲੈਣਾ। ਆਹ ਵੇਖੋ ਜੀ, ਮੁੰਡਾ ਤੁਹਾਨੂੰ ਤਰੀਕਾ ਘਰ ਦੱਸੇਗਾ ਜੀ ਡਬਲ ਸਟੈਂਡ 'ਤੇ। ਡਬਲ ਸਟੈਂਡ 'ਤੇ ਲਾ ਕੇ ਸਾਡੇ ਮੋਟਰਸਾਈਕਲ ਦਾ ਟਾਇਰ ਜਿਹੜਾ ਵਾ, ਬੈਕ ਸਾਈਡ ਵਾਲਾ, ਜਿਹਨੂੰ ਆਪਾਂ ਪੰਜਾਬੀ 'ਚ ਪਿਛਲਾ ਟਾਇਰ ਕਹਿੰਦੇ ਹਾਂ, ਉਹ ਪੰਚਰ ਹੋ ਗਿਆ ਵਾ। ਇਹਨੂੰ ਚੰਗੀ ਤਰੀਕੇ ਦੇ ਨਾਲ ਵੇਖਣਾ ਕਿ ਕੋਈ ਇਹਦੇ ਵਿੱਚ ਕੰਡਾ ਜਾਂ ਕੋਈ ਕਿੱਲ ਵਗੈਰਾ ਨਾ ਹੋਵੇ। ਬੜੀ ਗਰਮੀ ਆ, ਮੈਂ ਤਾਂ ਥੱਕ ਗਿਆ। ਹੁਣ ਮੈਂ ਮੁੰਡੇ ਨੂੰ ਕਹਿੰਦਾ, ਯਾਰ ਹੁਣ ਤੂੰ ਇਹਨੂੰ ਖਿੱਚ ਕੇ, ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਵਾ, ਗਰਮੀ ਬਹੁਤ ਹੈਗੀ ਆ, ਚੱਲ ਵੀ ਹੁਣ ਤੂੰ ਖਿੱਚ। ਚਾਬੀ ਆ ਕੇ ਨਹੀਂ ਉੱਧਰੂ ਕਰਾਉਂਦੀ ਆ, ਲਿਆ 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 ਨਹੀਂ।